सत श्री अकाल जी सारे, उम्मीद करता कि तुम चढ़ती कला च होवोगे। अज असी आए हैं ग्रेटर वैनकूवर जू च, यह लैंगली च पैंदा। अज दिन वाहवा चंगा लगा सी, सोचा कि बाहर आउटिंग हो जाए तो फिर जू वेखना आ गए। हुण तुहानू नाल नाल विखाउने आ। सत श्री अकाल सारे, उम्मीद है तुम ठीक हो। चलो जू आ गए, हम तुम जू दिखाने। यद ना वैनकूवर जू पर है लैंगली च, सो कन्फ्यूज ना हो। आप चलो तुम दिखाने अंदर कि जानवर है कि नैचुरल हैबिटेट दिखाने। हम टिकट लवेंगे, इधर आ प्राइस रेट ने इन्होंने। यस थैंक यू। टिकट करती है बुक पे, चलते अंदर। मैन्युअली ओके श्योर। So just give me one second, I have to pick something from my truck, so I'll just be back. Okay, thank you. Sab to pehla andar aake te kashu ja hunda va, bada vadda kashu kam andar. Careful, like big big smart tortoise. Jaas halda to hona hai. When these tortoises find water in the desert, oh no, my joker. That's okay. And the video ch dekhda pe, oh bhai to andar ਰੁਸਿਆ ਲੱਗਦਾ ਮੂੰਹ ਪਰਾਂ ਨੂੰ ਕੀਤਾ ਉਹਨੇ ਮੂੰਹ ਪਰਾਂ ਨੂੰ ਕੀਤਾ ਆ ਵੱਡਾ ਇਹ ਚੰਗਾ ਤੂੰ ਬਿਠਾ ਦਈਏ ਅੰਗਦ ਸਿੰਘ ਚਲੋ ਅੰਗਦ ਬੈਠੋ ਟਰਟਲ ਤੇ ਬੈਠ ਜਾ ਬੈਠ ਜਾ ਟਰਟਲ ਤੇ ਬੈਠ ਜਾ ਗੁੱਡ ਹਾਂਜੀ ਜਿਰਾਫ ਆ ਗਿਆ ਜੈਕ ਦਾ ਬਿਗ ਗਿਆ ਬੋਲਾ ਬੋਲਾ ਇਥੇ ਨਾਨਾ ਨੇ ਇਹਨਾਂ ਨੇ ਦੱਸਿਆ ਵੀ ਹੈ ਜਿੱਦਾਂ ਇਹ ਜਿਰਾਫ ਹੈ ਉਹਦੀ ਲਾਈਫ ਐਕਸਪੈਕਟੈਂਸੀ 14 ਤੋਂ 20 ਸਾਲ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਇਹ ਮਰ ਜਾਂਦਾ ਹੈ ਖਾਂਦਾ ਕੀ ਹੈ ਇਹ ਵੈਜੀਟੇਰੀਅਨ ਹੈ ਟ੍ਰੀ ਲੀਵਸ ਐਂਡ ਬਰਡਸ ਖਾਂਦਾ ਹੈ ਸ਼ੇਰ ਕਿੱਡਾ ਹੀ ਵੱਡਾ ਹੈ ਇਹਦਾ ਤੇ ਮੂੰਹ ਹੀ ਬਹੁਤ ਵੱਡਾ ਇੱਧਰ ਨੂੰ ਦੇਖੀ ਜਾਂਦਾ ਨੇੜੇ ਆ ਗਿਆ ਨੇੜੇ ਆ ਗਿਆ ਟਾਈਗਰ ਹੈਲੋ ਕਿੱਡਾ ਵੱਡਾ ਹੈ ਜਾਕੇ ਕਿੱਡਾ ਵੱਡਾ ਦੇਖੋ ਤੁਸੀਂ ਸੀ ਦਿਸਿੰਗੇ ਕੀ ਹੈ ਇੰਨੀ ਉੱਚੀ ਨਿਸ਼ਾਨੀ ਬਣ ਗਈ ਬਲਾ ਬਲਾ ਬੜਾ ਤਗੜਾ ਹੈ ਬਹੁਤ ਤਗੜਾ ਹੈ ਸਹੀ ਗੱਲ ਮੋਟੂ ਟਾਈਗਰ ਅੰਕਲ ਵਾਜਾ ਮਾਰਦਾ ਹੈਲੋ ਟਾਈਗਰ ਇਹ ਜ਼ੂ ਛੋਟਾ ਨਹੀਂ ਹੈ ਬਹੁਤ ਵੱਡਾ ਆ ਇਹ ਤੁਰਨਾ ਇਹਨਾਂ ਨੇ ਨਾਲ ਨਾਲ ਨਾ ਉਹ ਰੇੜੇ ਜਿਹੇ ਨਹੀਂ ਹੁੰਦੇ ਉਹ ਵੀ ਰੱਖਿਆ ਕਿ ਤੁਸੀਂ ਉਹਦੇ 'ਤੇ ਵੀ ਜਾ ਸਕਦੇ ਹੋ ਟ੍ਰੇਨਸ ਵੀ ਹੈਗੀਆਂ ਟ੍ਰੇਲਸ ਬਣੀਆਂ ਹੋਈਆਂ ਪਰ ਬਹੁਤ ਵੱਡਾ ਆ ਇਹ ਹੈ ਨਾ ਸਾਈਕਲ ਚਾਹੀਦੀ ਹੈ ਤੇ ਹਾਂ ਸਾਈਕਲ ਲੈ ਕੇ ਬੰਦਾ ਹੋਵੇ ਸਹੀ ਗੱਲ ਹੈ ਅੰਗਦ ਸਿੰਘ ਨੇ ਹੁਣੇ ਕੀ ਦੇਖਿਆ ਸੀ ਟਾਈਗਰ ਕਿੱਥੇ ਟਾਈਗਰ ਟਾਈਗਰ ਵੱਡੇ ਵੱਡੇ ਜਾਲ ਜਿਹੜੇ ਉਹ ਬਣਾਏ ਹੋਏ ਆ ਜਿੱਥੇ ਟਾਈਗਰ ਰੱਖਿਆ ਹੋਇਆ ਸ਼ੇਰ ਰੱਖੇ ਹੋਏ ਨੇ ਨਾ ਸਾਰੇ ਵੱਡੇ ਵੱਡੇ ਜਾਲ ਆਹ ਦੇਖੋ ਪਿੱਕ ਬਟਨ ਨਕਲੀ ਹੈ ਇੱਦਾਂ ਦੇ ਰਿਕਸ਼ੇ ਵੀ ਮਿਲ ਜਾਂਦੇ ਇੱਥੇ ਤੁਸੀਂ ਲੈ ਕੇ ਰੈਂਟ 'ਤੇ ਵੀ ਘੁੰਮ ਸਕਦੇ Now he just does it like constantly. He's just like, he knows, right? They're really smart. So he's like, I'm just going to keep standing and standing and standing. Good girl. You know the name is Capybara. No, no, that's right. What do you eat? How do you eat? Well, guys, we're stuck on this one. You're worried that I could eat. ਇਹਨਾਂ ਦੀ ਸਲਾਹ ਮੈਨੂੰ
वो शेर नहीं है और वे लेटर ने मार दिया शेर परवाह ही कोई नहीं शेर ने वो सामने बैठा ਕਹਿੰਦੇ ਸ਼ੇਰ ਨੂੰ ਪਰਵਾਹ ਹੀ ਕੋਈ ਨਹੀਂ ਉਹ ਪਹਿਰਾ ਦੇਣ ਦੀ ਉਹਦਾ ਆਹ ਠੀਕ ਸ਼ੇਰ ਆਹ ਕਿਆ ਬਾਤ ਹੁਣ ਉਠਾਈ ਆ ਮੂੰਹ ਵਿਖਾਇਆ ਇਹਨੂੰ ਤੂੰ ਦੱਸਤਾ ਸੀ ਹੁਣ ਵੇਂਦਾ ਕੌਣ ਕੌਣ ਆਇਆ ਜੇ ਵੇਖ ਕਿੱਡਾ ਤਕੜਾ ਮੂੰਹ ਸਾਰੇ ਦਾ ਬਾਤੀਆਂ ਮਾਰਨ ਲੱਗ ਗਿਆ ਆਨੰਦ ਲੈਂਦਾ ਆਨੰਦ ਧੁੱਪ ਦੇ ਅਜੇ ਜਾਨਵਰ ਤੇ ਇੱਥੇ ਹੈਗੇ ਨੇ ਬਹੁਤ ਪਰ ਹਜੇ ਫਿਲਹਾਲ ਨਜ਼ਰ ਘੱਟ ਆ ਰਹੇ ਨੇ ਮੈਨੂੰ ਲੱਗਦਾ ਕੋਈ ਸੋ ਰਿਹਾ ਕੋਈ ਖਾ ਰਿਹਾ ਇੱਥੇ ਕੀ ਨੇ ਸ਼ਤਰ ਮੁਰਗ ਆਸਟ੍ਰਿਚ ਆਸਟ੍ਰਿਚ ਮੈਂ ਹਜੇ ਕੋਈ ਨਜ਼ਰ ਨਹੀਂ ਆ ਰਿਹਾ ਹਨਾ ਹੋਣਗੇ ਜ਼ਰੂਰ ਬਟ ਅੰਦਰ ਕਿਤੇ ਹੋਣਗੇ ਨਜ਼ਰ ਘੱਟ ਆ ਰਹੇ ਆ ਅੰਦਰ ਤਾਂ ਹੈਗੇ ਤੇ ਇਹਦੇ ਨਾਲ ਬੈਂਚਸ ਵੀ ਬਣੇ ਹੋਏ ਆ ਨਾਲ ਟ੍ਰੇਲਸ ਆ ਤੁਸੀਂ ਖਾਣਾ ਪੀਣਾ ਵੀ ਲੈ ਕੇ ਆ ਸਕਦੇ ਹੋ ਨਾਲ ਰੈਸਟ ਕਰ ਸਕਦੇ ਹੋ ਇੱਥੇ ਬਿਕੋਜ਼ ਬਹੁਤ ਵੱਡਾ ਆ ਇਹ ਕਾਫੀ ਏਰੀਆ ਹੈ ਇਹਨਾਂ ਦਾ ਹਨਾ ਬਹੁਤ ਜ਼ਿਆਦਾ ਲੰਬਾ ਹੈ ਹਾਂ ਟਾਈਮ ਕਾਫੀ ਲੱਗ ਜਾਂਦਾ ਇਹਨੂੰ ਘੁੰਮਦਿਆਂ ਨੂੰ ਯਾਰ ਚੀਤਾ ਨਹੀਂ ਲੱਭਾ ਚੀਤਾ ਲੱਭਦੇ ਆਪਾਂ ਮੇਨ ਵੀ ਉਹ ਦੂਸਰੀ ਸਾਈਡ ਹੋਊਗਾ ਜਾਨਵਰ ਦੇਖਣ ਦੇ ਨਾਲ ਨਾਲ ਇੱਦਾਂ ਵਿਊ ਦੇ ਵੀ ਨੇਚਰ 'ਚ ਵੀ ਬੜਾ ਮਜ਼ਾ ਆਉਂਦਾ ਘੁੰਮਣ ਦਾ ਸਾਰੇ ਇੱਦਾਂ ਵਾਕ ਕਰਦੇ ਆਉਂਦੇ ਆ ਹਜੇ ਗਰਮੀਆਂ 'ਚ ਨਾ ਹੋਰ ਵਧੀਆ ਹੋਏ ਨਾ ਜਦੋਂ ਸਾਰੇ ਫੁੱਲ ਫਲ ਆ ਜਾਣੇ ਆ ਦਰਖਤ ਭਰ ਜਾਣੇ ਆ ਫਿਰ ਹੋਰ ਸੋਹਣਾ ਹੋ ਜਾਣਾ ਪੂਰੀ ਹਰਿਆਲੀ ਹੋਊਗੀ ਹਰਿਆਲੀ ਹੋਏਗੀ ਹਾਂ ਬਟ ਮਜ਼ਾ ਬੜਾ ਆ ਰਿਹਾ ਨਾ ਬੜੀ ਸ਼ਾਂਤੀ ਜਿਹਾ ਲਾਈਕ ਬੜਾ ਇੰਜੋਏ ਹੌਲੀ ਹੌਲੀ ਜਾ ਰਹੇ ਆ ਸਾਰੇ ਇੰਜੋਏ ਕਰਦੇ ਇਹ ਵੀ ਕੁਛ ਨਜ਼ਰ ਆ ਰਿਹਾ ਇਹ ਹੈਗੇ ਆ ਬਿਗ ਹੌਰਨ ਸ਼ੀਪ ਇਹਨਾਂ ਦੇ ਵੱਡੇ ਵੱਡੇ ਸਿੰਘ ਆ ਅੱਜ ਨਾ ਧੁੱਪ ਦਾ ਪੂਰਾ ਆਨੰਦ ਮਾਣ ਰਹੇ ਨੇ ਨਾਲ ਲੇਲੇ ਬੈਠੇ ਨੇ ਇਹ ਪਤਾ ਨਹੀਂ ਕੀ ਹੈ ਮੈਂ ਜਾ ਕੇ ਦੇਖਦੀ ਇਹਨਾਂ ਦਾ ਨਾਂ ਦੇਖਦੀ ਇਹਨਾਂ ਦਾ ਕੀ ਹੈ ਛਿੱਟੇ ਛਿੱਟੇ ਜੇ ਹਾਂ ਰੌਕੀ ਮਾਊਂਟੇਨ ਗੋਟ ਕਹਿੰਦਾ ਮਤਲਬ ਭੇਡਾਂ ਦੀਆਂ ਹੀ ਇਹ ਪ੍ਰਜਾਤੀਆਂ ਨੇ ਕੋਈ ਕਿੱਦਾਂ ਦੀ ਹੈ ਕੋਈ ਕਿੱਦਾਂ ਦੀ ਹੈ ਇਹ ਹੈਗਾ ਰੌਕੀ ਮਾਊਂਟੇਨ ਗੋਟ ਇਹ ਕਹਿ ਲਓ ਕਿ ਭੇਡਾਂ ਦੀਆਂ ਭੇਡਾਂ ਦੀਆਂ ਪ੍ਰਜਾਤੀਆਂ ਨੇ ਪਹਿਲਾਂ ਉਹ ਸ਼ੀਪ ਆ ਗਿਆ ਸੀਗਾ ਹੁਣ ਇਹ ਰੌਕੀ ਮਾਊਂਟੇਨ ਆਹ ਹੈਗੀ ਹੈ ਰੇਲਵੇ ਕਰੋਸਿੰਗ ਇੱਥੇ ਤੁਸੀਂ ਟ੍ਰੇਨ ਇਹਨਾਂ ਨੇ ਟ੍ਰੇਨ ਵੀ ਹੈਗੀ ਹੈ ਟ੍ਰੇਨ ਵੀ ਜਿਹੜੀ ਹੈ ਚੱਲਦੀ ਹੈ ਅਤੇ ਨਾਲ ਨਾਲ ਉਹ ਵੀ ਜਿਹੜੀ ਹੈ ਸਾਰਾ ਜਿਹੜਾ ਜ਼ੂ ਉਹ ਦਿਖਾ ਲੈਂਦੇ ਜਿਹੜਾ ਨਹੀਂ ਚੱਲਣਾ ਜ਼ਿਆਦਾ ਪਸੰਦ ਕਰਦੇ ਉਹ ਟ੍ਰੇਨ ਦੇ ਉੱਤੇ ਝੂਟਾ ਵੀ ਲਈ ਜਾਂਦੇ ਆ ਨਾਲ ਨਾਲ ਦੇਖੀ ਵੀ ਜਾਂਦੇ ਅਸੀਂ ਤਾਂ ਨਹੀਂ ਲਿਆ ਅਸੀਂ ਇੱਥੇ ਅਸੀਂ ਵਾਕ ਕਰਨੇ ਹਾਂ ਬਿਕੋਜ਼ ਵੈਦਰ ਬਹੁਤ ਸੋਹਣਾ ਆ ਭਾਲੂ ਦਿਖਾ ਲੱਗੀ ਤੁਹਾਨੂੰ ਭਾਲੂ ਬੀਅਰ ਗ੍ਰਿਜ਼ਲੀ ਬੀਅਰ ਤੈਰੀਆਂ ਲਾਉਂਦੇ ਆ ਪੂਲ ਪਾਰਟੀ ਹੋ ਗਈ ਇਹਨਾਂ ਦੀ ਕਿੱਡੇ ਸੋਹਣਾ ਲੱਗਦੇ ਨੇ ਸਿੰਘ ਬਾਰਾ ਸਿੰਘ ਦਾ ਉਹ ਖੇਡ ਲੱਭੀ ਹੋਈ ਉਹਨੂੰ ਕਿੱਡਾ ਸੋਹਣਾ ਲੱਗਦਾ ਖੇਡਦਾ ਹੋਇਆ ਓਏ ਹੁਣ ਲੱਭਣ ਦਾ ਫਿਰ ਕਿੱਥੇ ਚਲ ਗਿਆ 3 ਕੁਇੰਟਲ ਕਹਿੰਦੇ ਇਹਨਾਂ ਦਾ ਵੇਟ ਹੁੰਦਾ ਹੈ ਦੇਖੀ ਆਪ ਦੱਸੋ ਮੈਨੂੰ ਤਾਂ ਹਿੰਦੀ ਨਹੀਂ ਆਉਂਦੀ ਆ ਇਹਦਾ ਜੇ ਭਾਲੂ ਮਾਦਾ ਹੈ ਨਾ ਜੋ ਤੇ ਇੱਕ ਭਾਲੂ ਬੰਦਾ ਹੈ ਜੋ ਉਹ ਅਭੀ ਘੁਲ ਰਹੇ ਹੈ ਲੜਾਈ ਕਹਿੰਦੇ ਨਾ ਹਾਂ ਜੇ ਦੇਖੋ ਅਭੀ ਲੜਾਈ ਕਰ ਰਹੇ ਦੂਸਰਾ ਚੁੱਪ ਕਰਕੇ ਬਹਿ ਗਿਆ ਹੈ ਭਾਈ ਉਹ ਆਪਕੋ ਗਾੜੀ ਖੜਤੇ ਹੈ ਆਗੇ ਭਾਲੂ ਮਦਾ ਹੈ ਔਰ ਉਸਕਾ ਘਰ ਵਾਲਾ ਹੈ ਘਰ ਵਾਲਾ ਗੁੰਮ ਹੋ ਗਿਆ ਉਹ ਹਿੰਦੀ ਨਹੀਂ ਕੀ ਹੁੰਦੀ ਹੈ ਮੁੜ ਗਿਆ ਚਲੀ ਗਈ ਵਾਪਸ
अच्छा ये भी है भालू दा आसन मुंडे मुंडे भी लेने उन्हें क्या बात है देखो पूरे उन्होंने जेडे कहंदे ना कौन कहंदा डायनासोर मुक गया आ देखो आ देखो हजे भी हैगे ਇਹਦੇ ਉਹਨਾਂ ਦਾ ਸਟਰਕਚਰ ਜਸਟ ਕਰਿੰਗ ਇਹਨਾਂ ਦਾ ਸਟਰਕਚਰ ਬਣਾਇਆ ਹੋਇਆ ਡਾਇਨਾਸੌਰਸ ਦਾ ਕਿਸਨਾ ਕਰ ਰਹੇ ਯਾਰ ਦੇ ਕੁਛ ਦੂਰੋਂ ਇਦਾਂ ਲੱਗੇ ਜਿੱਦਾਂ ਅਸਲੀ ਹੁੰਦਾ ਵੱਖ ਹੋਈ ਲੈ ਉਹ ਜਿਹੜਾ ਪਛਾੜੀ ਸੀ ਇਹ ਤਾਂ ਸ਼ਾਕਾਹਾਰੀ ਇੱਧਰ ਹੁਣ ਤੁਹਾਨੂੰ ਡਾਇਨਾਸੌਰ ਕਹਿੰਦੇ ਆ ਇਹ ਮਾਸਾਹਾਰੀ ਇਹ ਤੋਂ ਬਚ ਕੇ ਰਹਿਣਾ ਪੈਣਾ ਉਹਦਾ ਕਿਹੜੇ ਵੇਲੇ ਚੱਕ ਦੇਣਾ ਇਹਨੇ ये भी मसा रही है क्या बात अंकल डरी जाता अंकल डरन दे हूं हां जी बट क्या जी नहीं डर डरना थोड़ी बहुत ओ क्यूट आवे होवे और निके निके हाथ उन की फड़ना तन्नू ओ जरा आप तर पावला ये वो प्रजातियां हैं जेडियां हजारों साल पहले जेडियां है वो खत्म हो चुकी हैं बट उन्होंने सिर्फ एक स्ट्रक्चर दिखाए हुए हैं सानू शो करने वास्ते केड़े केड़े जिहड़े सीगे जानवर हुंदे सीगे इधर हो जा वेख ला आले होंदे होंगे यार जहरी मजा आउंदे होने यार कार्निवोरस मतलब ये हंट काटे अभी डायनासोर है पैटोसोरस जो कि हर्बीवोरस है हर्बीवोरस मतलब जो सिर्फ घा वगैरह ही खाता सी लोअर लैवल के प्लांट्स खाता आ बनाया हुआ इन्होंने सारिया प्रजातियां जड़िया सारे बनाए इन्होंने जिन्हें जिन्हें है देखो आए क्या खंभ जी की मछिया विंग्स लगे ने निका जो है कि स्टेगोसोरस आंडे भी भेज ਬੱਚੇ ਨੇ ਇੱਦਾਂ ਜਾ ਪਤਾ ਜਿੱਦਾਂ ਇਹਨਾਂ ਦੀ ਦੁਨੀਆ 'ਚ ਹੀ ਆ ਗਏ ਅਸੀਂ ਪੂਰਾ ਉਹੀ ਪੁਰਾਣੇ ਟਾਈਮ 'ਚ ਆ ਗਏ ਹਾਂ ਪੂਰਾ ਉਹੀ ਚੀਜ਼ ਫੀਲ ਬਣਾਈ ਇਹਨਾਂ ਨੇ ਪੂਰਾ ਜੰਗਲ ਜਾ ਬੈਠੇ ਉੱਦਾਂ ਹੀ ਇੱਧਰ ਵੀ ਬਣਾਏ ਆ ਜੀ ਅਮਨ ਹਾਂਜੀ ਆਹ ਕਿਹੜਾ ਵਾ ਇਹ ਹੈਗਾ ਆ ਟੈਰੋਡੈਕਟਾਈਲਸ ਉੜਦਾ ਵਾ ਹਾਂਜੀ ਇਹ ਉੜਦਾ ਸੀਗਾ ਖਾਂਦਾ ਇਹ ਵੀ ਮੀਟ ਵਗੈਰਾ ਹੀ ਸੀ ਲਾਈਕ ਸ਼ਿਕਾਰ ਕਰਦਾ ਸੀਗਾ ਪਲਾਂਟਸ ਨਹੀਂ ਸਿਖਾਉਂਦਾ ਸੋ ਇਟਸ ਲਾਈਕ ਅ ਪ੍ਰੇ ਯਾ ਇਹ ਕਹ ਹੈਗਾ ਆ ਇਗਵਾਨੋਡੋਨ ਜਿਹੜੀ ਇਗਵਾਨਾ ਦੀ ਜਿਹੜੀ ਕੋੜ ਕਿਲਿਆਂ ਦੀ ਪ੍ਰਜਾਤੀ ਨਹੀਂ ਹੁੰਦੀ ਇਗਵਾਨਾ ਉਹਨਾਂ ਦੀ ਪ੍ਰਜਾਤੀਆਂ ਚੋਂ ਸੀਗਾ ਇਹਦਾ ਨਾਮ ਹੈਗਾ ਇਗਵਾਨੋਡੋਨ ਉਹਦੇ ਉੱਤੇ ਚੜਿਆ ਹੋਇਆ ਫੇਸ ਆਫ ਹੋ ਜਾਣਾ ਉਹਨਾਂ ਹਾਂ ਉਹਦੇ ਉੱਤੇ ਚੜਿਆ ਹੋਇਆ ਦਿਖਾਇਆ ਨਾ ਇਗਵਾਨਾ ਦੀ ਪ੍ਰਜਾਤੀ ਹੈ ਠੀਕ ਹੈ ਠੀਕ ਹੈ ਉਹ ਮਾਂ ਆ ਨਾਲ ਨਿਆਣੇ ਦੇ ਹਾਂਜੀ ਉਹ ਦਬ ਕੇ ਮਾਰਦੇ ਪਰਾਂ ਹੋ ਜਾਣ ਤੁਹਾਨੂੰ ਇੱਕ ਚੀਜ਼ ਵਿਖਾਉਂਦੇ ਆ ਆ ਵੇਖੋ ਪਿੱਛੇ ਇਹ ਹੈਗਾ ਬ੍ਰੈਕਿਓਸੌਰਸ ਬੋਲੇ 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 ਮੈਂ ਇੱਕ ਚੀਜ਼ ਸੋਚ ਰਹੀ ਸੀ ਕਿ ਜਿੰਨਾ ਵੱਡਾ ਜਾਨਵਰ ਹੈ ਜਿੱਦਾਂ ਹੁਣ ਆ ਬ੍ਰੈਕਿਓਸੌਰਸ ਹੋ ਗਿਆ ਤੇ ਹਾਥੀ ਹੋ ਗਿਆ ਇਹ ਸਾਰੇ ਵੇਖ ਲਓ ਵੈਜੀਟੇਰੀਅਨ ਹਰਬੀਵੋਰਸ ਨੇ ਸਹੀ ਗੱਲ ਆ ਦੇਖ ਲਓ ਮੀਟ ਖਾਣੇ ਰਹਿ ਗਏ ਨਿੱਕੇ ਨਿੱਕੇ ਹਾਂ ਸਾਰੇ ਘਾਹ ਹੀ ਖਾਂਦੇ ਆ ਤਾਂ ਸਹੀ ਗੱਲ ਆ ਵੈਜੀਟੇਰੀਅਨ ਹੋਈਏ ਡਾਇਨਾਸੌਰ ਦੇ ਅੰਡੇ 'ਚ ਅੰਗ ਸਿੰਘ ਬਾਹਰ ਆ ਜਾਓ ਅੰਡੇ 'ਚ ਬਾਹਰ ਇੱਦਾਂ ਇਹ ਟ੍ਰੇਨ ਆ ਟ੍ਰੇਨ ਦੀ ਵੀ ਟਿਕਟ ਹੈ ਵੱਖਰੀ ਉਹ ਤੁਸੀਂ ਲੈ ਕੇ ਉਹਨਾਂ ਨੇ ਸਾਰਾ ਜਿਹੜਾ ਤੁਹਾਨੂੰ ਇਹ ਜ਼ੂ ਹੈ ਉਹ ਘੁਮਾ ਦੇਣਾ ਪਰ ਅਸੀਂ ਨਾਲ ਨਾਲ ਵੀਡੀਓ ਵੀ ਬਣਾਉਣੀ ਸੀਗੀ ਇਸ ਕਰਕੇ ਅਸੀਂ ਟ੍ਰੇਨ ਨਹੀਂ ਸੀ ਬੁੱਕ ਕਰਾਈ ਪਰ ਆ ਦੇਖੀ ਸਾਰੇ ਬੈਠੇ ਹੋਏ ਆ ਸਾਡੇ ਜ਼ਿਬਰਾ ਭਾਈ ਸਾਹਿਬ ਆਂਦੇ ਕਿੱਥੇ ਆ ਗਏ ਕਿੱਥੇ ਆ ਗਏ ਉੱਥੇ ਆ ਗਏ ਜਿੱਥੇ ਕਾਲੀ ਚਿੱਟੀਆਂ ਪੱਟੀਆਂ ਹੁੰਦੀਆਂ ਹਾਂ ਆਰਾਮ ਕਰਦੇ ਜ਼ਿਬਰਾ ਭਾਈ ਲੋਕੀ ਨਾਲ ਨਾਲ ਜਾਈ ਜਾਂਦੇ ਆ ਨਾਲ ਨਾਲ ਇੰਜੋਏ ਕਰਦੇ ਪਏ ਆ ਆ ਕੀ ਸਟਾਈਲ ਹੋਇਆ ਚੁੱਕਣ ਦਾ ਜੋ ਬਾਬੂ ਰਾਵ ਕੋ ਸਟਾਈਲ ਹੈ ਜਦੋਂ ਵੀ ਤੁਸੀਂ ਵੈਨਕੂਵਰ ਜ਼ੂ ਆਓ ਨਾ ਕੁਛ ਖਾਣ ਪੀਣ ਲਈ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਅਸੀਂ ਲੈ ਕੇ ਨਹੀਂ ਆਏ ਹੁਣ ਸਾਨੂੰ ਭੁੱਖ ਬਹੁਤ ਲੱਗ ਗਈ ਹੈ ਇਹ ਹੈਗਾ
ਨਹੀਂ ਹਾਂ ਖਾਣ ਪੀਣ ਨੂੰ ਇੱਥੇ ਹੈਗਾ ਆ ਬਟ ਯੂ ਨੋ ਜਿੱਦਾਂ ਹੁਣ ਤੁਸੀਂ ਪੂਰੇ ਟ੍ਰੇਲ ਪੂਰਾ ਖੁੱਲ੍ਹਾ ਘੁੰਮਣਾ ਆ ਉਹਦੇ ਨਾਲ ਨਾਲ ਤੁਹਾਡੇ ਕੋਲ ਹੋਣਾ ਚਾਹੀਦਾ ਕੁਛ ਨਾ ਕੁਛ ਮੂੰਹ ਮਾਰਨ ਨੂੰ ਹਾਂ ਹਾਂਜੀ ਸੋ ਇਹ ਸੀਗੀ ਅੱਜ ਦੀ ਵੀਡੀਓ ਬਾਕੀ ਹੋਰ ਵੀ ਇੱਥੇ ਬਹੁਤ ਸਾਰੇ ਜਾਨਵਰ ਹੈਗੇ ਆ ਜਿੱਦਾਂ ਹਿੱਪੋ ਹੈਗੇ ਆ ਪੈਂਡਾਜ਼ ਹੈਗੇ ਆ ਬਟ ਹੁਣ ਬੱਚੇ ਥੋੜ੍ਹੇ ਥੱਕ ਗਏ ਇਸ ਕਰਕੇ ਸਾਨੂੰ ਹੁਣ ਅਸੀਂ ਜਲਦੀ ਜਾ ਰਹੇ ਹਾਂ ਬਾਕੀ ਬਹੁਤ ਸੋਹਣੀ ਜਗ੍ਹਾ ਆ ਇਹ ਪੀਸ ਆਫ ਮਾਇੰਡ ਹੈ ਇੱਥੇ ਤੁਸੀਂ ਘੁੰਮੋ ਤੁਸੀਂ ਦੇਖੋ ਸਾਰੇ ਜਾਨਵਰ ਦੇਖੋ ਅੱਜ ਵੈਦਰ ਵੀ ਬਹੁਤ ਸੋਹਣਾ ਸੀਗਾ ਇਸ ਕਰਕੇ ਆਪਾਂ ਬਹੁਤ ਇੰਜੋਏ ਕੀਤਾ ਸਾਡੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਫੋਰ ਵਾਚਿੰਗ